Hey guys, welcome back to my channel. नवा दिन नवी शुरुआत तुहाडे नाल ते हाजरा नवे व्लॉग दे नाल। उम्मीद है सारे ठीक ठाक होणगे। ते अज 9:30 दा वेला ते मीं पै रिहा। हुण तां घट गया वैसे, थोड़ा ही पिया वैसे, ज़्यादा नहीं पिया, जाल जूल टकना पिया। ते पिछला व्लॉग तां अपना एडिट है सारा, थोड़ा बहुत एक दो क्लिपां रहिंदियां उह आपां म्यूजिक वगैरह ला के चक देना काम। फिलहाल मौसम इंजॉय कर रहे हैं। हुण सितंबर दा महीना मीं पै गया तां समझ लो अगों थोड़ा गर्मी वाला मौसम घट जूगा, ठंड दा मौसम शुरू होना है ना अगों। तेरे प्यार बिना मैं खाली कोई किताब जिवें, जज्बात ने तपदी अग ते रूह बेताब जिवें, तू नूर ऐसा वरगा पीरां दी दुआ वरगा, कोई अखर जुड़िया नहीं सोना तेरे नाम वरगा, बंद दरवाजे तेरे नैना दे दस्तक देवे रू मर जानी, तेरा मिल जाना रब दी आमद ए, तेरा विछड़ना अख दा पानी। अमरिंदर गिल दी नवी एल्बम दा बंद दरवाजे गाना सिरा, उम्मीद है तुहानू पसंद आया होगा। दो तीन लाइनां गाईआं आपां जिहड़ियां, सो करदे आं व्लॉग कंटिन्यू। सवेर दा मीं चली जांदा, रुक ही नहीं जांदा हाले तक, तां देखो कदों रुकदा। पर वधिया पई वी जांदा, खुल के पै जाऊगा अज। ते इधर आपां थोड़ा कबाड़ दा समान कढ़ी जांदे आं, खाली करिए जगह। अज मीं करके कूड़े वाला नहीं आया, ਤਾਂ ਕਰਕੇ ਕੂੜਾ ਆਪਾਂ ਨੂੰ ਉੱਥੇ ਸਿੱਟ ਕੇ ਆਉਣਾ ਪੈਣਾ ਜਿੱਥੇ ਆਪਾਂ ਪਹਿਲਾਂ ਲੈ ਕੇ ਗਏ ਸੀ, ਅਤੇ ਨਾਲੇ ਬਾਜ਼ਾਰ ਥੋੜ੍ਹਾ ਕੰਮ ਉਹ ਕਰ ਰਿਹਾ ਜੀ। ਸ਼ਾਮ ਦਾ ਵੇਲਾ ਹੋ ਚੁੱਕਿਆ ਹੈ ਅਤੇ ਆਪਾਂ ਆ ਚੁੱਕੇ ਹਾਂ ਬਾਹਰ, ਪਹਿਲਾਂ ਥੋੜ੍ਹਾ ਘੁੰਮ ਵਗੈਰਾ ਘੁੰਮ ਕੇ ਆਏ ਅਤੇ ਹੁਣ ਆਟਾ ਲੈਣ ਆਏ ਸੀ ਇੱਥੇ ਗੋਲੇ ਵੀਰ ਨਾਲ ਆਟਾ ਲੈਣ ਆਏ ਸੀ। ਅਤੇ ਜਿਹੜਾ ਮੀਂਹ ਸੀ ਨਾ ਉਹ ਦੁਪਹਿਰ ਵੇਲੇ ਰੁਕਿਆ, ਜਦੋਂ ਆਪਾਂ ਵੇਖਿਆ ਵੀ ਮੀਂਹ ਰੁਕ ਹੀ ਨਹੀਂ ਆਉਂਦਾ ਸੀਗਾ, ਅਤੇ ਘਰ ਦੇ ਜਿਹੜੇ ਕੰਮ ਸੀ ਆਪਾਂ ਉਹ ਕਰਾ ਕਰੂ ਕੇ ਸ਼ਾਮੀ ਨਹਾ ਧੋ ਕੇ ਹੁਣ ਨਿਕਲੇ ਹਾਂ ਬਾਹਰ। ਅਤੇ ਹੁਣ ਇਸ ਤੋਂ ਬਾਅਦ ਚੱਲਦੇ ਹਾਂ ਪਾਰਕ, ਪਹਿਲਾਂ ਆਟਾ ਲੈ ਲਈਏ। ਰਿਧੂ ਦਾ ਪਾਲਾ ਕੰਮ ਨੇ ਵਿੜ ਕੇ ਹੁਣ ਮੋਟ ਖਾਣਾ ਆਇਆ, ਅਤੇ ਅੱਜ ਦੀ ਸੇਵਾ ਰਿਧੂ ਵੀਰ ਵੱਲੋਂ, ਸਾਰੀਆਂ ਸੇਵਾ ਆਪਾਂ ਲੋਕਾਂ ਤੋਂ ਕਢਾਈ ਦੀ, ਆਪਾਂ ਆਪ ਨਹੀਂ ਕਰੀ ਦੀ। ਬਾਜ਼ਾਰੋਂ ਆ ਚੁੱਕੇ ਹਾਂ ਘਰੇ, ਅਤੇ ਅੱਜ ਮੌਸਮ ਵੀ ਬਾਹਰ ਠੰਡਾ ਹੀ ਸੀ। ਮੇਰੇ ਖਿਆਲ ਹੁਣ ਗਰਮੀ ਦਾ ਘੱਟ ਜੂਗਾ ਨਾ ਮਾਹੌਲ ਜਿਹਾ, ਵੀ ਪਿੱਛੇ ਜੇ ਤਾਂ ਪਹਿਲਾਂ ਗਰਮੀ ਪੈਂਦੀ ਘੱਟ ਗਈ ਅਤੇ ਫਿਰ ਇੱਕ ਵਾਰੀ ਫਿਰ ਪੈਣ ਲੱਗ ਗਈ ਸੀ, ਇੱਦਾਂ ਹੀ ਹੋਇਆ ਸੀ ਨਾ ਪਿੱਛੇ ਜੇ। ਠੰਡ ਦਾ ਵੀ ਸੀਨ ਐਵੇਂ 'ਚ ਹੀ ਬਣਦਾ ਸੀ ਪਿਛਲੇ ਸਾਲ ਵੀ, ਐਤਕੀ ਦੇਖੋ ਕੀ ਮਾਹੌਲ ਹੁੰਦਾ ਠੰਡ ਦਾ। ਅਤੇ ਅੱਜ ਡਿਨਰ 'ਚ ਚਾਵਲ, ਦੁਪਹਿਰੇ ਕੜੀ ਬਣੀ ਸੀ ਅਤੇ ਕੜੀ ਚਾਵਲ। ਅਤੇ ਇੱਕ ਚੀਜ਼ ਹੋਰ ਯਾਰ ਨਾ, ਮੈਨੂੰ ਕੋਈ ਮੈਂ ਕੁਛ ਨਾ ਮਤਲਬ ਡਿਫਰੈਂਟ ਕਰਨ ਦੀ ਸੋਚ ਰਿਹਾ, ਪਰ ਮੇਰੇ ਧਿਆਨ 'ਚ ਆ ਨਹੀਂ ਰਿਹਾ, ਆ ਰਿਹਾ ਤਾਂ ਉਹਦਾ ਜੀ ਨਹੀਂ ਕਰਦਾ ਕਰਨ ਨੂੰ। ਕਿਸੇ ਦੇ ਮਨ 'ਚ ਹਲਕਾ ਜਿਹਾ ਵੀ ਕੋਈ ਆਈਡੀਆ ਹੋਵੇ ਨਾ ਵੀ ਤੂੰ ਇੱਦਾਂ ਕਰ ਸਕਦਾ ਅੱਗੇ ਜਾ ਕੇ, ਕਿਉਂਕਿ ਹੁਣ ਮੈਂ ਵਿਹਲਾ, ਹੁਣ ਮੈਂ ਆਹੀ ਕੁਛ ਕਰਨਾ। ਅਤੇ ਕਿਸੇ ਦੇ ਅੰਦਰ ਥੋੜ੍ਹੇ ਬਹੁਤ ਵੀ ਆਈਡੀਆ ਹੈਗੇ ਨਾ ਵੀ ਇੱਦਾਂ ਇੱਦਾਂ ਕਰ ਸਕਦੇ ਆ, ਵੀ ਉਹਨਾਂ ਕੋਲ ਤਾਂ ਚਲੋ ਨਹੀਂ ਹੋ ਸਕਦੇ, ਉਹ ਆਈਡੀਆ ਮੈਨੂੰ ਦੇ ਸਕਦੇ ਆ ਜੇ ਦੇਣਾ ਚਾਹੁਣ ਤਾਂ। ਵੀ ਮੈਂ ਧੱਕਾ ਤਾਂ ਨਹੀਂ ਕਰਦਾ ਹੁਣ, ਵੀ ਤੁਸੀਂ ਆਈਡੀਆ ਆਪਦੀ ਸੁਜੈਸ਼ਨ 'ਚ ਮਤਲਬ ਮੈਨੂੰ ਕਮੈਂਟ ਬੋਕਸ 'ਚ ਦੇ ਸਕਦੇ ਹੋ ਵੀ ਇੱਦਾਂ ਤੂੰ ਇਹ ਕਰ ਸਕਦਾ, ਉੱਦਾਂ ਉਵੇਂ ਕਰ ਸਕਦਾ, ਜੋ ਵੀ ਤੁਹਾਡੇ ਮਨ 'ਚ ਆਈਡੀਆ ਤੁਸੀਂ ਕਮੈਂਟ ਬੋਕਸ 'ਚ ਜ਼ਰੂਰ ਲਿਖ ਕੇ ਜਾਇਓ, ਫਿਰ ਮੈਂ ਸੋਚੂੰਗਾ ਵੀ ਕਰਨਾ ਚਾਹੀਦਾ ਕਿ ਨਹੀਂ। ਪਰ ਤੁਸੀਂ ਆਈਡੀਆ ਆਪਦਾ ਜ਼ਰੂਰ ਕਮੈਂਟ ਬੋਕਸ 'ਚ ਲਿਖਿਓ। ਹੁਣ ਚੱਲਦੇ ਹਾਂ, ਇੱਕ ਵਾਰ ਰੋਟੀ ਵਗੈਰਾ ਖਾਂਦੇ ਹਾਂ, ਰੋਟੀ ਨਹੀਂ ਕੜੀ ਚਾਵਲ ਖਾਂਦੇ ਹਾਂ। ਰੋਟੀ ਖਾ ਲਈ, ਬਿਸਤਰਾ ਵਿਛਾ ਲਿਆ, ਦੁੱਧ ਪੀਂਦੇ ਹਾਂ ਅਤੇ ਸਵੇਰੇ ਮਿਲਦੇ ਹਾਂ। ਹੇ ਗਾਇਸ, ਗੁੱਡ ਮਾਰਨਿੰਗ। ਅੱਜ ਦਾ ਆਪਣਾ ਪਹਿਲਾ ਕੰਮ ਆਇਆ ਸੀ ਵੀ ਚੂਹਾ ਛੱਡ ਕੇ ਆਉਣਾ ਸੀ। ਚੂਹਾ ਆਪਾਂ ਛੱਡ ਆਉਂਦਾ ਉਹ ਦੂਰ ਗ੍ਰੀਨ ਵੈਲੀ ਰੋਡ 'ਤੇ, ਹੁਣ ਨਹੀਂ ਵਾਪਸ ਆਉਂਦਾ ਮੁੜ ਕੇ। ਪਹਿਲਾਂ ਤਾਂ ਮੈਂ ਨੇੜੇ ਹੀ ਛੱਡ ਦਿੰਦਾ ਹੁੰਦਾ ਜੀ, ਇੱਥੇ ਡੰਗਰ ਹਸਪਤਾਲ ਦੇ ਕੋਲ, ਇੱਥੇ ਸਾਡੇ ਨੇੜੇ ਹਸਪਤਾਲ ਹੈਗਾ ਇੱਕ ਡੰਗਰ, ਉੱਥੇ ਛੱਡ ਦਿੰਦਾ ਜੀ। ਹੁਣ ਆਪਾਂ ਦੂਰ ਛੱਡੇ ਗ੍ਰੀਨ ਵੈਲੀ ਰੋਡ 'ਤੇ, ਅਤੇ ਉਸ ਤੋਂ ਬਾਅਦ ਆਪਾਂ 6 ਨਾਰੀਅਲ ਫੜਾ ਕੇ ਆਏ। ਅਤੇ ਬਸ ਸਵੇਰ ਹੋ ਚੁੱਕੀ ਹੈ, ਹੁਣ ਦੂਜਾ ਵਲੋਗ ਸਟਾਰਟ ਕਰਨਾ। ਸਵੇਰ ਦਾ ਤਾਂ ਹੀ ਹੁੰਦਾ ਮੇਨ ਸੀਨ ਨਾ, ਪਹਿਲਾਂ ਵਲੋਗ ਐਂਡ ਕਰ ਦਿਓ ਫਿਰ ਸ਼ੁਰੂ ਕਰ ਲਓ, ਰਾਤੀ ਆਪਣੇ ਕੋਲ ਹੁੰਦਾ ਨਹੀਂ। ਉਮੀਦ ਹੈ ਵਲੋਗ ਪਸੰਦ ਆਊ, ਪਸੰਦ ਆਏ ਤਾਂ ਲਾਈਕ ਕਰ ਦਿਓ, ਨਵੇਂ ਤਾਂ ਸਬਸਕ੍ਰਾਈਬ ਕਰ ਦਿਓ। ਓਕੇ ਬਾਏ। ਬਾਜ਼ਾਰੋਂ ਆ ਚੁੱਕੇ ਹਾਂ ਘਰੇ,
ਤੇ ਅੱਜ ਮੌਸਮ ਵੀ ਕਾ ਹੈ ਗਾਇਸ ਗੁੱਡ ਮਾਰਨਿੰਗ ਅੱਜ ਦਾ ਹਫ਼ਤਾ